ਦੋਸਤੋ ਕਬੱਡੀ ਟੂਰਨਾਮੈਂਟ ਧਾਰਮਿਕ ਪ੍ਰੋਗਰਾਮ ਸੱਭਿਆਚਾਰਕ ਮੇਲਾ ਵਿਆਹ ਪਾਰਟੀ ਦੇ ਪ੍ਰੋਗਰਾਮ ਵਾਜਬ ਰੇਟ ਅਤੇ ਵਧੀਆ ਕੁਆਲਿਟੀ ਦੇ ਵਿੱਚ ਲਾਈਵ ਕਰਵਾਓ ਕਬੱਡੀ 4K ਲਾਈਵ ਤੋਂ ਸੰਪਰਕ 98768 88388 84373 77714 ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਐਸੋ ਜੇ ਦੀ ਵੱਡੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਭਾਰਤ ਬੰਨ ਨੂੰ ਦੇਖਦੇ ਹੋਇਆ ਅਚਾਨਕ ਖੇਤੀਬਾੜੀ ਮੰਤਰੀ ਵੱਲੋਂ ਆ ਗਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਲੇ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਉੱਥੇ ਜਾ ਕੇ ਤੁਸੀਂ ਆਲੇ ਸ਼ਾਪਿੰਗ ਵੀ ਕਰ ਸਕਦੇ ਹਾਂ ਕਿਸਾਨਾਂ ਨੇ ਭਾਰਤ ਬੰਨ ਨੂੰ ਦੇਖਦੇ ਹੋਇਆ ਖੇਤਰੀ ਬਾੜੀ ਮੰਤਰੀ ਰਿੰਦਰ ਸਿੰਘ ਦੋਮਾ ਦਾ ਵੱਡਾ ਬਿਆਨ ਆਇਆ ਹੈ ਖੇਤੀ ਮੰਤਰੀ ਨੇ ਕਿਹਾ ਹੈ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਉਹ ਅਧੋਲਨ ਛੱਡ ਕੇ ਗੱਲਬਾਤ ਦਾ ਰਾਹ અપਨੋ ਸਰਕਾਰ ਕਿਸਾਨਾਂ ਵੱਲ ਠਾਈ ਇਤਰਾਜ਼ਾਂ ਦੇ ਵਿਚਾਰ ਕਰਨ ਲਈ ਤਿਆਰ ਹੈ ਤੋਂ ਮੰਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਦੋਸਤੋ ਬਾਅਦ ਜੋ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਮੁੱਦਾ ਬਾਕੀ ਹੈ ਤਾਂ ਸਰਕਾਰ ਨਿਸ਼ਚਿਤ ਤੌਰ ਤੇ ਇਸ ਬਾਰੇ ਗੱਲ ਕਰੇਗੀ ਦਾਸ ਦੇ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾ ਦਾ ਵਿਰੋਧ 27 ਸਤੰਬਰ ਨੂੰ ਪਾਰਟਬੰਦ ਕਰਕੇ ਕੀਤਾ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਨੇ ਆਮ ਲੋਕਾਂ ਦੇ ਨਾਲ ਕਈ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗਿਆ ਪਾਰਟਬੰਦ ਦੇ ਮੱਦੇਨਜ਼ਰ ਦਿੱਲੀ ਸਮੇਤ ਕਈ ਨੇੜਲੇ ਸੂਬਿਆਂ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਸਾਨਾਂ ਵਿੱਚ ਨਾਰਾਜ਼ਗੀ ਹੈ ਤੇ ਹੁਣ ਉਹ ਆਰ ਪਾਰ ਦੇ ਰੋ ਵਿੱਚ ਨਜ਼ਰਾਂ ਨੇ ਬੋਸਾਈਆਂ ਪਾਰਟੀਆਂ ਦਾ ਸਮਰਥਨ ਕਈ ਸਿਆਸੀ ਪਾਰਟੀਆਂ ਨੇ ਨਿਯੁਕਤ ਕਿਸਾਨ ਮੋਰਚੇ ਦਾ ਪਾਰਟਬੰਦ ਨੂੰ ਸਹਿਯੋਗ ਸਮਰਥਨਤਾ ਪੰਜਾਬ ਦੀ ਮੁੱਖ ਮੰਤਰੀ ਚੰਨੀ ਨੂੰ ਇਸ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ ਏਜ ਨਾਲ ਹੀ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਆਦਮ ਨੇ ਪਾਤ ਬੰਦ ਵਿੱਚ ਸ਼ਾਮਲ ਹੋਣ ਦਾ ਲਾਨ ਕੀਤਾ ਹੈ ਇਸ ਤੋਂ ਇਲਾਵਾ ਕਾਂਗਰਸ ਆਮ ਆਦਮੀ ਪਾਰਟੀ ਬਸਪਾ ਆਂਧਰਾ ਪ੍ਰਦੇਸ਼ ਤ੍ਰਿੰਮੂਲ ਕਾਂਗਰਸ ਸੀਪੀਆਈ ਜੀਡੀਐਸ ਤਮਿਲਨਾਡੂ ਵਿੱਚ ਸੱਤਾਧਾਰੀ ਜੀਐਮਕੇ ਇਸ ਬੰਦ ਦਾ ਸਮਰਥਨ ਕਰਨਗੇ ਖਬਰ